ਬਿਸਮਿਲਲਾ ਕਰਾਂ, ਸੋਹਣੀ ਨੀਤ ਲਈ ਹੈ, ਸ਼ਾਮ ਆਉਂਦੀ ਪਈ ਹੈ। ਬਾਬਾ ਮੇਰੀ ਮਜਬੂਰੀ ਹੈ, ਬਾਹਰ ਵਹਿਣਾ ਹੈ, ਬਾਬਾ ਮੈਨੂੰ ਚੈਨ ਨਹੀਂ ਆਉਂਦਾ। ਨਬੀ ਦਰਵਾਜ਼ੇ ਦੇ ਅੰਦਰ ਇੱਕ ਡੇੜੀ ਬਣਾਈ, ਜਵਾਨੀਆਂ ਮਾਣੋ ਪਰਦਾ ਬਣਾਇਆ, ਨਬੀ ਡੇੜੀ ਚਲੋ ਖੜਦੀ ਹੈ, ਧੁੱਪੇ ਤੇ ਨਾ ਖਲੋਵੇ। ਇੱਕ ਦਿਨ ਨਬੀ ਨੂੰ ਹੁਕਮ ਹੋਇਆ ਜੋ ਇਸ ਪਾਸੇ ਆ, ਬੇਨਿਆਜ਼ ਦਾ ਹੁਕਮ ਆਈ, ਨਬੀ ਟੁਰਿਆ ਉਸ ਜੰਗਲ ਵਿੱਚ ਆਇਆ, ਸਾਹਮਣੇ ਮਲਕਲ ਮੌਤ, ਸਲਾਮ ਅਲੈਕਾ ਸਲਾਮ, ਮੇਰੇ ਨਾਲ ਸਫ਼ਰ ਕਰੀ, ਗੱਲਾਂ ਤੈਨੂੰ ਸ਼ਾਇਦ ਕਿਸੇ ਐਸੀਆਂ ਨਾ ਸੁਣਾਈਆਂ ਹੋਵੇ। ਆ ਭਾਈ ਕਿਵੇਂ ਆਵੇਣ ਹੋਇਆ, ਵਕਤ ਪੂਰਾ ਹੋ ਗਿਆ ਜੀ, ਚਲੀਏ। ਬੇਨਿਆਜ਼ ਫਰਮਾਇਆ ਲੈ ਆਓ, ਨਬੀ ਫਰਮਾਇਆ ਵੰਡਣ ਤੋਂ ਇਨਕਾਰ ਨਹੀਂ, ਲੇਕਿਨ ਤੂੰ ਬਿਰਾਂ ਹੈ, ਇੱਕ ਗੱਲ ਤੇਰੇ ਨਾਲ ਕਰਨੀ। ਹਾਂ ਕਰੋ। ਉਹਦੀ ਜਾਤ ਨੇ ਇੱਕ ਧੀ ਦਿੱਤੀ ਆਈ, ਅੱਛਾ, ਉਹਦੇ ਨਾਲ ਪਿਆਰ ਬੜਾ, ਅੱਛਾ, ਉਹ ਦਰਵਾਜ਼ੇ ਦੇ ਅੰਦਰ ਖੜਦੀ ਹੈ, ਮੈਂ ਬਾਹਰ ਵਹਿਣਾ। ਉਤਨੀ ਦੇਰ ਤੱਕ ਖੜਦੀ ਜਿਤਨੀ ਦੇਰ ਤੱਕ ਵਾਪਸ ਨਾ ਵੰਜਾ, ਸੱਤਰ ਸਮਝੋ ਇਸ 'ਤੇ ਇਬਾਦਤ ਹੋ ਜਾ ਸੀ। ਨਬੀ ਫਰਮਾਇਆ ਮੈਂ ਹੁਣ ਵੀ ਟੁਰਿਆਂ, ਅੰਦਰ ਖਲੋਤੀ ਹੈ, ਇਤਨੀ ਇਜਾਜ਼ਤ ਦੇ ਦੇ, ਮੈਂ ਜਾ ਕੇ ਉਹਨੂੰ ਦੱਸ ਲਾਂ, ਤੂੰ ਵੱਲ ਜਾ, ਮੈਂ ਕੋਈ ਨਹੀਂ ਵੱਲਣਾ। ਵਾਹ, ਭਲਾ ਹੋਇਆ ਤੁਹਾਡਾ, ਭਲਾ ਹੋਇਆ ਤੁਹਾਡਾ। ਮੈਂ ਬਿਸਮਿਲਲਾ ਕਰਾਂ, ਇਤਨੀ ਇਜਾਜ਼ਤ ਛੱਡੇ। ਫਰਮਾਇਆ ਤੁਸੀਂ ਤਾਂ ਬਿਹਤਰ ਜਾਣਦੇ ਹੋ, ਡਿਊਟੀ ਹੈ, ਜੋ ਆਰਡਰ ਹੈ ਤੁਹਾਨੂੰ ਦੱਸਣ ਦੀ ਲੋੜ ਤਾਂ ਕੋਈ ਨਹੀਂ, ਜਿਹੜਾ ਉੱਤੋਂ ਆਰਡਰ ਹੈ ਮੈਂ ਤਾਂ ਉਹਦਾ ਪਾਬੰਦ ਹਾਂ, ਮੈਨੂੰ ਤਾਂ ਹੁਕਮ ਹੋਇਆ ਹੈ, ਲੈ ਆ। ਫਰਮਾਇਆ ਕੁਛ ਤਾਂ ਇਹਸਾਨ ਕਰ ਦੇ, ਫਰਮਾਇਆ ਇਤਨਾ ਕਰ ਸਕਣਾ ਉਸ ਨਾਲ ਤੁਹਾਡੀ ਗੱਲਬਾਤ ਹੈ, ਪੁੱਛ ਲਓ, ਜੇ ਉਹ ਇਜਾਜ਼ਤ ਦੇਵੇ ਤਾਂ ਬਿਸਮਿਲਲਾ, ਮੈਨੂੰ ਇਨਕਾਰ ਕੋਈ ਨਹੀਂ। ਬੇਨਿਆਜ਼ ਇੱਕ ਧੀ ਤੁਸਾਂ ਦਿੱਤੀ ਆਈ, ਫਰਮਾਇਆ ਹਾਂ ਦਿੱਤੀ ਆਈ, ਉਹਦੇ ਨਾਲ ਪਿਆਰ ਬਹੁਤ ਜ਼ਿਆਦਾ, ਅਤੇ ਇਤਨਾ ਪਿਆਰ ਹੋ ਗਿਆ ਉਹ ਦਰਵਾਜ਼ੇ ਦੇ ਅੰਦਰ ਖੜ੍ਹ ਕੇ ਇੰਤਜ਼ਾਰ ਕਰਦੀ, ਹੁਣ ਵੀ ਖਲੋਤੀ ਹੈ, ਇਤਨੀ ਇਜਾਜ਼ਤ ਦਿਓ ਇਸ ਮਲਕਲ ਮੌਤ ਨੂੰ, ਆਖੋ ਮੈਂ ਘਰ ਤੱਕ ਤਾਂ ਲੱਗਾ ਜਾਵਾਂ, ਉਹਨੂੰ ਦੱਸ ਲਾਂ ਤੂੰ ਵਾਪਸ ਵੱਲ ਵੰਜ। ਫਰਮਾਇਆ ਮੂਸਾ ਅੱਜ ਇੰਤਜ਼ਾਰ 'ਚ ਖਲੋਤੀ ਆਈ ਅਤੇ ਘਰ 'ਚ ਤਾਂ ਖਲੋਤੀ ਹੈ, ਮੂਸਾ ਕਿਸੇ ਬਦਮਾਸ਼ਾਂ ਦੀ ਭੀੜ 'ਚ ਤਾਂ ਨਹੀਂ ਖਲੋਤੀ। ਵਾਹ ਵਾਹ, ਤੇਰਾ ਭਲਾ ਹੋਵੇ, ਤੇਰਾ ਭਲਾ ਹੋਵੇ ਭਾਈ, ਸੋਹਣੇ ਮਿਜ਼ਾਜ ਤੇਰੇ ਰਲ ਲਾਏ, ਇਹੋ ਹੀ ਹੱਕ ਹੈ ਜਿਹੜਾ ਅਦਾ ਕੀਤਾ ਹੀ। ਕੋਸ਼ਿਸ਼ ਕਰੀ ਇੱਕ ਮੰਜ਼ਲ, ਕਾਲ ਤਜ਼ਾਕਰੀ ਦਾ ਜੋੜ ਹੀ ਨਹੀਂ, ਲੇਕਿਨ ਅਜ਼ੀਜ਼ੇ ਪੁੱਤਰੇ ਔਲਾਦ ਦੀ ਮੰਨਣੀ ਪਾਉਂਦੀ, ਔਖਾ ਆਇਆ ਸੌਖਾ ਠੀਕ ਹੈ, ਹਾਜ਼ਰੀ ਹੋ ਗਈ, ਜ਼ਿੰਦਗੀ ਹੋਵੇ। ਇਹ ਕਿਬਲਾ ਪਹਿਲੀ ਧੀ ਆਈ, ਹੋਰ ਕਰੀ ਬਾਵਾਂ, ਦੂਸਰੀ ਧੀ ਕਿਸ ਦੀ ਆਈ, ਦੂਸਰੀ ਧੀ ਆਈ ਇਮਾਮ ਹੁਸੈਨ ਦੀ, ਥੋੜ੍ਹੇ ਬੰਦਿਆਂ ਹੈ ਕੀਤੀ ਏ। ਇਸ ਬੀਬੀ ਨੂੰ ਕਰਬਲਾ ਤੋਂ ਸ਼ਾਮ ਤੱਕ ਇੱਕੋ ਸੱਤਰ, ਇਹਨੂੰ ਵੀ ਬਾਬੇ ਦੇ ਸੀਨੇ ਬਗੈਰ ਨਿੰਦਰ ਨਹਿਆ ਦੀ, ਪਿਓ ਟੁਰਦਾ ਨਾਲ ਧੀ ਟੁਰਦੀ ਆਈ, ਪਿਓ ਕੋਈ ਸ਼ਹਿ ਖਾਂਦਾ ਨਾਲ ਧੀ ਖਾਂਦੀ ਆਈ, ਜਿੱਥੇ ਪਿਓ ਬਾਂਦਾ ਉੱਥੇ ਕਿਬਲਾ ਧੀ ਬਾਂਦੀ ਆਈ, ਇਤਨਾ ਪਿਆਰ ਆਈ। ਇਹ ਕਰਬਲਾ ਤੂੰ ਸ਼ਾਮ ਹਰ ਵਾਇਜ਼, ਹਰ ਮੌਲਵੀ, ਹਰ ਜ਼ਾਕਿਰ ਕੁਲੂ ਤੂੰ ਸੁਣਿਆ ਨਾ, ਜੋ ਇਸ ਬੀਬੀ ਨੂੰ ਬਹੁਤ ਜ਼ਿਆਦਾ ਮਾਰਦੇ ਹਨ, ਇਹਦੀ ਵਜ੍ਹਾ ਕਿਆ? ਬੱਚੇ ਤਾਂ ਕਾਫਲੇ 'ਚ ਹੋਰ ਵੀ ਹਨ,
ਕਰਬਲਾ ਤੋਂ ਜਿਹੜਾ ਕਾਫਲਾ ਟੁਰਿਆ ਹੈ 120 ਬੀਬੀ ਟੁਰੀ ਹੈ, 80 ਯਤੀਮ ਟੁਰੇ ਨੇ। ਮੈਂ ਪੜ੍ਹੇ ਲਿਖੇ ਲੋਕਾਂ ਦੇ ਵਿੱਚ ਪੜ੍ਹਦਾ ਪਿਆ, ਲੇਕਿਨ ਇਤਨੇ ਯਤੀਮ ਚਲੋ ਸਫ਼ਰ ਰਸਤੇ ਖਾ ਗਏ, ਹੰਤ ਹੈ, ਲੇਕਿਨ ਇਸ ਬੀਬੀ ਨੂੰ ਜ਼ਿਆਦਾ ਕਿਉਂ ਮਾਰਦੇ ਹਨ? 70 ਸਮਝੀ ਅੱਗੂ ਪੜ੍ਹਨ ਦੀ ਲੋੜ ਨਾ ਹੋ ਸੀ। ਇਸ ਵਾਸਤੇ ਇਸ ਬੀਬੀ ਨੂੰ ਮਾਰਦੇ ਹਨ, ਇਹਨੂੰ ਮਰੇਂਦੇ ਹਨ, ਅਤੇ ਦੁੱਖ 26 ਨੂੰ ਹੁੰਦਾ ਹੈ। ਵਾਹ 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 ਵਾਹ। ਮਰੇਂਦੇ ਧੀ ਨੂੰ ਹਨ, ਤਕਲੀਫ ਪਿਓ ਨੂੰ ਹੁੰਦੀ। ਅੱਜਾਂ ਵੀ ਨਹੀਂ ਸਮਝਿਆ ਅਤੇ ਸ਼ਾਮ ਹੋ ਗਈ, ਤੇਰੇ ਸਮਝਾਵਣ ਵਾਸਤੇ 1 ਸਤਰ ਅਤੇ 2-3 ਵਾਇਨ ਟਾਈਮ ਹੀ ਉਹ ਕੁਛ ਦਿੱਤਾ ਗਿਆ। ਨਗਾਸਬਾਂ ਨਗਾਸਬਾਂ ਦੇ ਮੰਨਣ ਵਾਲਾ ਬਾਣੀਆਂ ਦੀ ਵੀ ਮਜਬੂਰੀ। ਧੀਆਂ ਦੇ ਪਰਦੇ ਉਹਨੇ ਸ਼ਿਮਰ ਆਦੇ ਅਦਾ, ਇਤਨਾ ਕੁ ਪਿਆਰ ਆਈ ਇਸ ਬੱਚੀ ਨਾਲ ਹੁਸੈਨ ਦਾ। ਜ਼ਾਲਿਮ ਆਦਾ, ਮੈਂ ਜੱਡਾਂ ਵੀ ਮਾਰਿਆ, ਮੈਂ ਹੁਸੈਨ ਨੂੰ ਦੁੱਖ ਦੇਵਣ ਵਾਸਤੇ ਇਸ ਬੱਚੀ ਨੂੰ ਮਾਰਿਆ। ਬੇਗੈਰਤ ਦਾ ਇਤਨਾ ਕੁ ਪਿਆਰ ਆਈ, ਮੈਂ 13 ਜ਼ਰਬਾਂ ਹੁਸੈਨ ਨੂੰ ਮਾਰੀਆਂ, ਹੁਸੈਨ ਦੇ ਹੱਥੀ ਚੂ ਤਸਬੀ ਨਹੀਂ ਛੂਟੀ। ਮੈਂ ਬੰਦਾ ਵੇਖਣਾ ਹੈ ਅਲੀ ਉਨ ਵਲੀ ਉੱਲਾ ਪੜ੍ਹੇ ਤਾਂ ਤੇਰੀ ਹਾਏ ਨਾ ਨਿਕਲੇ। ਟਾਈਮਾਂ 'ਤੇ ਮਜਲਸਾਂ ਨਹੀਂ ਮੁੱਕਦੀਆਂ। ਅੱਲਾਹੁ ਅਕਬਰ। ਸ਼ਿਮਰ ਆਦਾ, ਇੱਕ ਜ਼ਰਬ ਮੈਂ ਏਡੀ ਔਖੀ ਮਾਰੀ ਏ, ਕਰਬਲਾ ਦੀ ਨਗਰੀ 'ਚ ਭੰਬ ਆਇਆ ਹੈ, ਆਦਾ ਧੂੜ ਉੱਠੀ ਏ, ਲੇਕਿਨ ਹੁਸੈਨ ਦੇ ਹੱਥ 'ਚੋਂ ਤਸਬੀ ਨਹੀਂ ਛੁੱਟੀ। ਜ਼ਾਲਿਮ ਆਦਾ, ਇੱਕ ਜ਼ਰਬ ਮੈਂ ਐਸੀ ਮਾਰੀ ਏ, ਨਾਨਾ ਕੰਡ ਕਰ ਗਿਆ। ਬੇਦੀਨ ਆਦਾ, ਪਿਓ ਕੰਡ ਕਰ ਗਿਆ ਹੈ। ਹਸਨ ਬਿਰਾ ਆਦਾ, ਅੰਮਾ ਤੂੰ ਜਾਣ ਤਾਂ ਤੇਰਾ ਹੁਸੈਨ ਜਾਣੇ, ਪਤਾ ਨਹੀਂ ਕਿਹੋ ਜਿਹੇ ਮਸਾਇਬ ਸੁਣਨ ਆਇਆ ਬੈਠੇ। ਸ਼ਿਮਰ ਆਦਾ, ਇੱਕ ਜ਼ਰਬ ਮੈਂ ਐਸੀ ਮਾਰੀ ਏ, ਅੱਲਾ ਜਾਣਦਾ ਅੰਬੀਆ ਟੁਰ ਪਏ ਤੇ ਹੁਸੈਨ ਦੇ ਹੱਥ 'ਚੋਂ ਤਸਬੀ ਨਹੀਂ ਛੁੱਟੀ। ਸ਼ਿਮਰ ਆਦਾ, ਜਿਹੜੇ ਵੇਲੇ ਮੈਂ ਹੁਸੈਨ ਦੇ ਸਾਹਮਣੇ ਉਹਦੀ ਧੀ ਦੇ ਮੂੰਹ 'ਤੇ ਤਮਾਚਾ ਮਾਰਿਆ, ਬੇਗੈਰਤ ਆਦਾ, ਉਸ ਵੇਲੇ ਹੁਸੈਨ ਦੇ ਹੱਥ 'ਚੋਂ ਤਸਬੀ ਛੁੱਟ ਗਈ ਏ। ਹੁਸੈਨ ਰਕੂ ਤਾਈਂ ਉੱਠ ਕੇ ਆਦਾ, ਹਯਾ ਕਰੋ ਪਿਓਵਾਂ ਸਾਹਮਣੇ ਧੀਆਂ ਨੂੰ ਇੰਜ ਨਹੀਂ ਮਾਰ। ਵਾਹ 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 ਵਾਹ, ਹਿੱਸਾ ਹੀ ਮਿਲ ਗਿਆ, ਖਰਾਤ ਮਿਲ ਗਈ ਉਹ ਜਵਾਨੀ ਹੈ ਮਾਣੋ। ਮੈਂ ਬਿਸਮਿਲ੍ਲਾ ਕਰਾਂ, ਤੇਰੇ ਬੱਚਿਆਂ ਦੀ ਜ਼ਿੰਦਗੀ ਹੋਵੇ। ਇਹੋ ਕੁਛ ਵਕਤ ਆਈ, ਖਰਾਏ 'ਤੇ ਮਿਲ ਗਈ ਹੈ, ਦੂਸਰੀ ਧੀ ਆਈ, ਤੀਸਰੀ ਸੁਣ ਅਤੇ ਖਤਮ ਕਰਾਂ। ਤੀਸਰੀ ਧੀ ਆਈ ਜਿਸ ਇਮਾਮ ਦਾ ਜਨਾਜ਼ਾ ਆਵਣਾ। ਗਾਲਬਨ ਇਸ ਬਾਦਸ਼ਾਹ ਦੀਆਂ 4 ਧੀਆਂ ਹਨ। ਅੱਲਾਹੁ ਅਕਬਰ। 5 ਜਾਂ 6 ਪੁੱਤਰ ਹਨ। ਇਹ ਜਿਹੜੀ ਛੋਟੀ ਧੀ ਆਈ ਫਾਤਿਮਾ, ਇਸ ਬੱਚੀ ਨੂੰ ਇਵੇਂ ਹੀ ਪਿਆਰ ਆ ਆਪਣੇ ਬਾਬੇ ਦੇ ਨਾਲ ਜਿਵੇਂ ਇਮਾਮ ਹੁਸੈਨ ਬਾਦਸ਼ਾਹ ਦੇ ਨਾਲ ਜਨਾਬੇ ਸਕੀਨਾ ਦਾ ਪਿਆਰ ਆਈ। ਅਗਰ ਬਾਬਾ ਬਹਿਰ ਵੇਂਦਾ ਦਰ ਤਿਆਣ ਕੇ ਪੁੱਛਦੀ ਆਈ, ਤਿੱਖਾ ਵੱਲੀ ਮੈਂ ਤੇਰੇ ਇੰਤਜ਼ਾਰ 'ਚ ਖਲੋਤੀ ਰਾਸਾਂ। ਵਾਹ 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 ਵਾਹ, ਤੇਰਾ ਭਲਾ ਹੋਵੇ। ਇਤਨਾ ਪਿਆਰ ਆਈ ਇਸ ਬੱਚੀ ਨੂੰ ਆਪਣੇ ਬਾਬੇ ਦੇ ਨਾਲ, ਤੇਰੀਆਂ ਧੀਆਂ ਦੇ ਪਰਦੇ ਉਹਨੇ ਬਾਬੇ ਦੇ ਸੀਨੇ 'ਤੇ ਸਮਦੀ ਆਈ ਅਤੇ ਫਿਰ ਨਿੰਦਰਾਂ ਦੀ ਆਈ। ਇਮਾਮ ਪਿਆਰ ਕਰਕੇ ਫਰਮਾਵੇਣਾ, ਬੇਟਾ ਬੇਟਾ ਇਸ ਸੀਨੇ ਦੀ ਹੇਲਕ ਨਾ ਬਣਿਆ ਕਰ। ਆਦੀ ਬਾਬਾ ਮੈਂ ਕੁਛ ਸਮਝ ਨਹੀਂ ਆਈ। ਫਰਮਾਇਆ, ਪੁੱਤਰ ਸਾਡਾ ਦਾਦਾ ਹਾ, ਉਸਦੀ ਇੱਕ ਧੀ ਆਈ, ਉਸ ਨਾਲ ਇਵੇਂ ਪਿਆਰ ਸਾਡੇ ਦਾਦੇ ਦਾ ਹੋ ਗਿਆ, ਮਾਤਮ ਕਰਨਾ ਹੀ ਤਾਂ ਮੈਂ ਇੱਧਰ। ਅੱਛਾ ਬਾਬਾ, ਫਿਰ ਕਿਆ ਹੋਇਆ? ਮੇਰਾ ਪੁੱਤਰ ਉਹ ਜੰਗਲਾਂ 'ਚ ਦੂਰ ਉਹਦੀਆਂ ਅੱਖਾਂ ਦੇ ਸਾਹਮਣੇ ਉਹਦਾ ਪਿਓ ਚਿੱਟੇ ਡੀ ਮਰੀ ਗਿਆ। ਅੱਲਾਹੁ ਅਕਬਰ। ਹੈ ਬਾਬਾ, ਧੀ ਦੇ ਸਾਹਮਣੇ ਪਿਓ ਨੂੰ ਮਾਰਿਆ ਨੇ ਤੇ ਧੀ ਦੀ ਕਿਵੇਂ ਨਿਭੀ? ਫਰਮਾਇਆ, ਪੁੱਤਰ ਪਿਓ ਦੀ ਸ਼ਹਾਦਤ ਦੇ ਬਾਅਦ ਬੇਟਾ ਉਸ ਜ਼ਾਲਿਮ ਨੇ ਸਰ ਤਨ ਤੋਂ ਜੁਦਾ ਕਰਕੇ ਸਾਡੇ ਦਾਦੇ ਦੀਆਂ ਜ਼ੁਲਫਾਂ 'ਚ ਹੱਥ ਪਾ ਕੇ ਇਵੇਂ ਧੀ ਦੇ ਸਾਹਮਣੇ ਚਾਹੇ ਪੁੱਤਰ ਚਾਹ ਕੇ ਜਿੱਦੇ ਟੁਰਦਾ ਉਹ ਦਾਦੀ ਤੇਰੀ ਇਵੇਂ ਝੋਲੀ ਬਣਾ ਕੇ ਆਦੀ, ਤੈਨੂੰ ਚਾਹਵਣ ਦਾ ਵੱਲ ਨਹੀਂ ਆਉਂਦਾ।
ਆਦੀ ਮੈਨੂੰ ਦੇ ਜਿੱਥੇ ਵੰਜਣਾ ਹੀ ਮੈਂ ਛੋੜੀ ਆਵਾਂ ਤੇੜੀਆਂ ਵੀ ਨਿੱਕੀਆਂ ਧੀਆਂ ਉਸਨ ਹੈ ਬਾਬਾ ਫਿਰ ਉਸਨੇ ਸਰ ਦੇ ਦਿੱਤਾ ਸੀ ਬਾਬਾ ਉਹਦੀਆਂ ਵੀ ਛੋਟੀਆਂ ਧੀਆਂ ਉਸਨ ਫਰਮਾਇਆ ਪੁੱਤਰ ਜਿੱਦੇ ਸਰ ਮੰਗਦੀ ਆਈ ਉਦੇ ਕਮੀ ਨਾ ਮਰੇਂਦਾ ਆਦੀ ਪਿਓ ਜੀ ਬਿਸਮਿਲਾ ਬਿਸਮਿਲਾ ਬੱਚਿਆਂ ਦੀ ਜ਼ਿੰਦਗੀ ਆਉਣੀ ਅੱਲਾਹੁ ਅਕਬਰ ਨੌ ਵਾਰੀ ਪੁੱਤਰ ਪਿਓ ਦਾ ਸਰ ਮੰਗਦੀ ਰਹੀ ਜ਼ਾਲਮ ਮਰੇਂਦਾ ਰਿਹਾ ਇਤਨਾ ਪਿਆਰ ਆਈ ਪਿਓ ਦੇ ਟੁਰਨ ਦੇ ਬਾਅਦ ਮੇਰਾ ਪੁੱਤਰ ਟਿੱਬਿਆਂ 'ਤੇ ਵੈਣ ਕਰਦੀ ਆਈ ਅੱਲਾਹੁ ਅਕਬਰ ਬਾਜ਼ਾਰਾਂ 'ਚ ਵੈਣ ਕਰਦੀ ਆਈ ਵੈਣ ਕਰਦਿਆਂ ਕਰਦਿਆਂ ਸ਼ਾਮ ਰੁੱਲ ਕੇ ਮਰ ਗਈ ਮੇਰਾ ਪੁੱਤਰ ਇਤਨਾ ਪਿਆਰ ਮੇਰੇ ਨਾਲ ਨਾ ਕੀਤੀ ਕਰ ਆਦੀ ਬਾਬਾ ਤੇਰੇ ਸੀਨੇ ਬਗੈਰ ਨੀਂਦਰ ਨਹੀਂ ਆਉਂਦੀ ਤੇਰੀਆਂ ਧੀਆਂ ਦੇ ਪਰਦੇ ਉਹਨੇ ਇੱਕ ਵਹਿਣ ਸੁਣ ਲਓ ਜ਼ਿੰਦਗੀ ਦਾ ਪਤਾ ਕੋਈ ਨਹੀਂ ਅੱਲਾ ਜਾਣਦਾ ਬਸ ਹੋਰ ਕਰੀ ਬਾਵਾਂ ਮਜਬੂਰੀ ਏ ਜ਼ਹਿਰ ਮਿਲ ਗਈ ਇਹ ਜਿਗਰ ਦੇ ਟੁਕੜੇ ਕਪੀ ਕੇ ਬਾਹਰ ਪਏ ਆਉਂਦੇ ਨੇ ਇਹ ਸੀਨੇ 'ਤੇ ਹੱਥ ਏ ਖੁਦਾ ਜਾਣਦਾ ਧੀਆਂ ਲਿਓ ਸ਼ਾਮ ਦੇ ਵੇਲੇ ਆਪਣਾ ਦਰਵਾਜ਼ਾ ਆਣ ਖੋਲੇ ਸਾਹਮਣੇ ਡਿੱਠਾ ਤਾਂ ਧੀ ਖਲੀਏ ਕੋਸ਼ਿਸ਼ ਕਰੀ ਬਈ ਸ਼ਾਮਲ ਹੋ ਜਾਈ ਪੰਜ ਮਿੰਟ ਹੋਰ ਪੜਸਾਂ ਤੇਰੀਆਂ ਧੀਆਂ ਦੇ ਪਰਦੇ ਉਹਨੇ ਅੱਲਾ ਜਾਣਦਾ ਧੀਆਂ ਲਿਓ ਦੀਦ ਪਈਏ ਪਿਓ ਦੇ ਚਿਹਰੇ 'ਤੇ ਰੱਤ ਡਿੱਠੀ ਹੈ ਬਾਬਾ ਚਿਹਰੇ 'ਤੇ ਰੱਤ ਕਿਉਂ ਆਈ ਫਰਮਾਇਆ ਪੁੱਤਰ ਮੈਨੂੰ ਬਿਸਤਰ 'ਤੇ ਲੈ ਜਾ ਮੈਨੂੰ ਜ਼ਹਿਰ ਮਿਲ ਗਈ ਹੈ ਤੇਰੀਆਂ ਧੀਆਂ ਦਾ ਪਰਦੇ ਉਹਨੇ ਪਿਓ ਨੂੰ ਬਿਸਤਰ 'ਤੇ ਆਣ ਕੇ ਲਿਟਾਇਆ ਸੀ ਬਾਬਾ ਬਾਬਾ ਜੀ ਮੇਰਾ ਪੁੱਤਰ ਬਾਬਾ ਮੈਂ ਬਿਰਾਵਾਂ ਨੂੰ ਛੱਡੇ ਨਹੀਂ ਆ ਸੈਯਦਾ ਦਾ ਨਹੀਂ ਪੁੱਤਰ ਮੇਰੇ ਸੀਨੇ 'ਤੇ ਸਾਮ ਸੈਯਦਾ ਦਾਦਾ ਹਰ ਅਸਰ ਕਰ ਗਈ ਆਈ ਮੇਰਾ ਪੁੱਤਰ ਮੇਰੇ ਸੀਨੇ 'ਤੇ ਸਮਤ ਮੈਨੂੰ ਚਾਹੇ ਨਾ ਦਾ ਹੋਵੇ ਜਿਹੜਾ ਬੰਦਾ ਆਦਾ ਮੈਨੂੰ ਰੋਵੇ ਨਹੀਂ ਆਦਾ ਦੋ ਮਿੰਟ ਸੰਮੀਏ ਤੇ ਤੜਪ ਕੇ ਉੱਠੀਏ ਆਦੀ ਬਾਬਾ ਸੀਨੇ 'ਚੋਂ ਸੇਕ ਪਏ ਨਿਕਲਦੇ ਵਾਹ 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 ਬਾਬਾ ਤੇਰਾ ਸੀਨਾ ਗਰਮ ਹੋ ਗਏ ਬਾਬਾ ਮੈਨੂੰ ਤੇਰੇ ਸੀਨੇ 'ਤੇ ਚੈਨ ਨਹੀਂ ਆਉਂਦਾ ਅੱਲਾ ਜਾਣਦਾ ਹੈ ਗਰੀਬ ਦਾ ਮੇਰੀ ਮੁੱਕ ਗਈ ਹੈ ਛਲਾ ਪੜਲਾ ਤੂੰ ਸੁਣ ਲੈ ਉੱਠੀਏ ਤੇ ਵਿਹੜੇ 'ਚ ਦੌੜੀਏ ਬਿਰਾਵਾਂ ਨੂੰ ਹਕਲਾਂ ਵਧੀ ਮਰੇ ਦੀਏ ਮੂਸਾ ਕਾਜ਼ਮ ਵੀਰ ਸਹਾਕ ਵੀਰ ਇਬਰਾਹੀਮ ਜਲਦੀ ਆਓ ਬਾਬੇ ਨੂੰ ਜ਼ਹਿਰ ਮਿਲ ਗਈ ਹੈ ਉਹ ਤੇਰੀਆਂ ਧੀਆਂ ਦੇ ਪਰਦਿਓ ਨੇ ਸਾਰੇ ਬਿਰਾ ਦੌੜੇ ਨਾ ਜੇ ਸੱਤਰ ਸਮਝੇ ਬਿਰਾਵਾਂ ਦੇ ਨੇੜੇ ਆਣ ਕੇ ਆਪਣੇ ਨਿੱਕੇ ਨਿੱਕੇ ਦੁਰ ਲਹਾਏ ਨਾ ਰਾਵਾਂ ਦਰ ਵੇਖ ਆਦੀ ਮੇਰੇ ਦੁਰ ਬਾਜ਼ਾਰ ਵੇਖ ਛੋੜੋ ਮੇਰੇ ਪਿਓ ਦਾ ਇਲਾਜ ਕਰਾਓ ਵਾਹ 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 ਤੇਰੀ ਜ਼ਿੰਦਗੀ ਹੋਵੇ ਇਹੋ ਹੱਕ ਹੈ ਜਿਹੜਾ ਅਦਾ ਕੀਤਾ ਹੀ ਮੇਰੇ ਬਾਬੇ ਦਾ ਇਲਾਜ ਕਰਾਓ ਅਤੇ ਮੇਰੇ ਦੁਰ ਬਾਜ਼ਾਰ ਵੇਖ ਛੋੜੋ ਫਰਮਾਇਆ ਪੁੱਤਰ ਮੇਰੀ ਧੀ ਦੇ ਦੁਰ ਬਾਜ਼ਾਰ ਨਾ ਲੈ ਵੰਡਿਆ ਹੈ ਮੇਰੀ ਧੀ ਦੇ ਦੁਰ ਕਿਸੇ ਗੈਰ ਦੇ ਸਾਹਮਣੇ ਨਾ ਵਿਖਾਵੇ ਆਏ ਮੈਂ ਆਦਾ ਮੌਲਾ ਖੁਸ਼ ਨਸੀਬ ਹੈ ਤੇਰੇ ਘਰ 'ਚ ਤੇਰੀ ਧੀ ਨੇ ਦੁਰ ਆਪ ਲਹਾਇਆ ਨਾ ਮੈਂ ਸਦਕ ਵੰਜਾ ਹੁਸੈਨ ਤੇਰੀ ਧੀ ਤੋਂ ਜਿਹਦੇ ਦੁਰ ਜ਼ਾਲਿਮ ਲਹਾਏ ਨਹੀਂ ਏਡੇ ਜ਼ੋਰ ਦੀ ਛਿੱਕਿਆ ਹੈ ਅੱਲਾ ਜਾਣਦਾ ਹੈ ਬਾਰਵਾਂ ਫਰਮੈਂਦਾ ਹੈ ਮੇਰਾ ਸਲਾਮ ਹੋਵੇ ਊਂ ਸ਼ਹਿਜ਼ਾਦੀ 'ਤੇ ਜਿਹਦੇ ਦੁਰਾਂ ਦੇ ਕੁੰਡੇ ਬੰਦ ਰਹੇ ਹਨ ਅਤੇ ਦੁਰ ਲਹਿ ਗਿਆ ਨਾ ਜਿਹੜੀ ਬਾਜ਼ਾਰਾਂ 'ਚੋਂ ਐਣ ਕਰਕੇ ਆਦੀ ਹੈ ਬਾਬਾ ਤੇਰੇ ਕਾਤਲਾਂ ਦੀਆਂ ਧੀਆਂ ਵੇ ਨਰਮ ਬਿਸਤਰਾਂ 'ਤੇ ਸੁੱਤੀਆਂ ਪਈਆਂ ਮੈਨੂੰ ਮਿੱਟੀਆਂ 'ਤੇ ਨੀਂਦਰ ਨਹੀਂ ਆਉਂਦੀ ਇੱਕ ਮੰਜ਼ਲ ਬੁਲੰਦ ਕਰੀ ਦੇਰ 'ਤੇ ਤੈਨੂੰ ਹੋ ਗਈ ਲੇਕਿਨ ਦੇਰ ਮੈਂ ਵੀ ਨਹੀਂ ਕੀਤੀ ਅੱਲਾ ਜਾਣਦਾ ਹੈ ਜਿਹੜੀ ਸੱਤਰ ਵਾਸਤੇ ਮਿਹਨਤ ਕਰਦਾ ਆਇਆ ਗੱਲਾਂ ਕਰਦਿਆਂ ਇਮਾਮ ਪੁਰਾਂ ਨੂੰ ਛਡਾਇਆ ਆਖਰੀ ਵੇਲੇ ਵਸੀਤਾਂ ਹੁੰਦੀਆਂ ਨੇ ਤੇਰੇ ਇਮਾਮ ਪੁੱਤਰਾਂ ਨੂੰ ਛਡਾਇਆ ਵੱਡੇ ਪੁੱਤਰ ਨੂੰ ਆਖਿਆ ਮੇਰੀ ਵੱਡੀ ਧੀ ਦੀ ਭਾਰਤ ਹੋਵੀ ਮੇਰੀ ਨਿੱਕੀ ਧੀ ਦੀ ਭਾਰਤ ਹੋਵੀ ਸਰਕਾਰ ਇਮਾਮ ਮੂਸਾ ਕਾਜ਼ਮ ਨੂੰ ਆਖਿਆ ਮੇਰੀ ਛੋਟੀ ਧੀ ਮੇਰੇ ਬਾਅਦ ਰੋਵੇ ਨਾ
ਇਹਦਾ ਖਿਆਲ ਆਪ ਰੱਖੀ ਅੱਲਾ ਜਾਣਦਾ ਹੈ ਗੱਲਾਂ ਕਰੇਂਦਿਆਂ ਤੇਰੇ ਇਮਾਮ ਦਾ ਰੂਹ ਪਰਵਾਜ਼ ਕਰ ਗਿਆ ਖੁਦਾ ਜਾਣਦਾ ਹੈ ਧੀਆਂ ਦੇ ਵੈਣ ਬੁਲੰਦ ਹੋਏ ਨਾ ਖੁਦਾ ਜਾਣਦਾ ਹੈ ਵਸਦਿਆਂ ਬਾਜ਼ਾਰ ਟੁਰ ਗਏ ਨਾ ਪਿਓ ਦਾ ਸੋਹਣਾ ਕਫਨ ਲੈ ਆਏ ਨਾ ਬੜੇ ਪਿਆਰ ਦੇ ਨਾਲ ਗੁਸਲ ਹੋਇਆ ਹੈ ਕਫਨ ਮਿਲਿਆ ਹੈ ਧੀਆਂ ਦੇ ਪਰਦਿਓ ਨੇ ਰੋਵੀ ਤੇ ਹੁਣ ਭਾਵੇਂ ਨਾ ਰੋਵੀ ਜਿਹੜੀ 70 ਵਾਸਤੇ ਮੈਂ ਵਾਅਦਾ ਕਰ ਆਇਆ ਇਸ਼ਾਰੇ ਪਏ ਕਰੇ ਦਿਨ ਟਾਈਮ ਕੋਈ ਨਹੀਂ ਇੱਕ ਮਿੰਟ ਮੈਂ ਹੋਰ ਪੜ੍ਹਨਾ ਹੈ ਜਿਹੜੀ ਗੱਲ ਵਾਸਤੇ ਗੱਲ ਕਰਦਾ ਆਇਆ ਫਿਰ ਬੇਸ਼ੱਕ ਜਨਾਜ਼ਾ ਲੈ ਆਵਿਆ ਹੈ ਤੁਹਾਡੀ ਧੀਆਂ ਦੇ ਪਰਦਿਓ ਨੇ ਜਿਵੇਂ ਤੁਸਾਂ ਜਨਾਜ਼ਾ ਚਾਹਿਆ ਹੈ ਇਵੇਂ ਜਨਾਜ਼ਾ ਚਾਹ ਕੇ ਇਮਾਮ ਦਾ ਜਨਾਜ਼ਾ ਬਜੰਦਾ ਖੁਲ ਬਕੀ ਚ ਦਫਨ ਹੋਇਆ ਕੰਡ ਕਰ ਬਹੁ ਜਿਹੜਾ ਦਾ ਰੂਵੇ ਨਹੀਂ ਆਉਂਦਾ ਅੱਲਾ ਜਾਣਦਾ ਹੈ ਜਿਹੜੀ ਪਹਿਲੀ ਰਾਤ ਆਈ ਵਾਰਸਾਂ ਨੂੰ ਨਿੰਦਰ ਨਹੀਂ ਆਉਂਦੀ ਉਹ ਜਵਾਨੀਆਂ ਮਾਣੋ ਪਿਛਲੀ ਰਾਤ ਦਾ ਟਾਈਮ ਆਈ ਤੇਰੇ ਇਮਾਮ ਮੂਸਾ ਕਾਜ਼ਮ ਉੱਠੇ ਨ ਉੱਠ ਕੇ ਡਿੱਠਾ ਏ ਛੋਟੀ ਭੈਣ ਘਰ ਚ ਨਜ਼ਰ ਨਹੀਂ ਆਈ ਇਮਾਮ ਫਰਮਾਇਆ ਅੰਮਾ ਮੇਰੀ ਭੈਣ ਕੇ ਨ ਗਈ ਏ ਅੱਲਾ ਜਾਣਦਾ ਏ ਸਾਰੇ ਪਰਦੇਦਾਰ ਉੱਠੇ ਨ ਤੇਰੀ ਜੁਰਤ ਹੀ ਨਹੀਂ ਤੂੰ ਰੋਵੇ ਨਾ ਇਮਾਮ ਦਾ ਜਨਾਜ਼ਾ ਹੋਵੇ ਤੇਰੀ ਅੱਖ ਨਾ ਵਸੇ ਲੇਕਿਨ ਟਾਈਮ ਕੋਈ ਨਹੀਂ ਮੈਂ ਤੈਨੂੰ ਕੇ ਸੁਣਾਵਾ ਝੋਲੀ ਪਿਲਾਈ ਜੇ ਮੰਗਣ ਆਇਆ ਏ ਇਮਾਮੇ ਮੂਸਾ ਏ ਕਾਜ਼ਮ ਦੌੜੇ ਨ ਅੱਲਾ ਜਾਣਦਾ ਏ ਪਿਓ ਦੀ ਕਬਰ ਤੇ ਆਏ ਨ ਇਮਾਮ ਆਦਿਨ ਜੱਡਾ ਮੈਂ ਆਣ ਕੇ ਡਿੱਠਾ ਏ ਅੱਖਾਂ ਨਾ ਹੋਵੇ ਨਾ ਇਮਾਮ ਆਦਿਨ ਮੈਂ ਆਣ ਕੇ ਡਿੱਠਾ ਏ ਪਿਓ ਦੀ ਕਬਰ ਦੇ ਪੈਰਾਂ ਵਾਲੇ ਪਾਸੇ ਸੁੱਤੀ ਪਈ ਏ ਰੋ ਰੋ ਕੇ ਆਦੀ ਪਈ ਏ ਕਬਰ ਤੋਂ ਬਾਹਰਾ ਆਦੀ ਵੇ ਬਾਬਾ ਮੈਂ ਤੁਰ ਗਿਆ ਏ ਬਾਬਾ ਮੈਨੂੰ ਨਿੰਦਰ ਨਹੀਂ ਆਦੀ ਆਦੀ ਬਾਬਾ ਕਬਰ ਤੋਂ ਬਾਹਰਾ ਆਦੀ ਬਾਬਾ ਮੈਨੂੰ ਸੀਨੇ ਤੇ ਸਮਾ ਆਦੀ ਬਾਬਾ ਤੇਰੇ ਬਾਦ ਮੈਨੂੰ ਦਿਸਦਾ ਕੁਝ ਨਹੀਂ ਇਮਾਮ ਹਾਨ ਲਾਇਆ ਏ ਆਦੀ ਵੇ ਵੀਰ ਮੈਨੂੰ ਪਿਓ ਦੀ ਕਬਰ ਤੇ ਛੋੜ ਮੈਂ ਆਦਾ ਜੀਓ ਇਮਾਮ ਨੇ ਭੈਣ ਨੂੰ ਬੜੇ ਪਿਆਰ ਨਾਲ ਪਿਓ ਦੀ ਕਬਰ ਤੋਂ ਉਠਾਇਆ ਮੈਨੂੰ ਕੁਰਾਨ ਦਿੱਤੀਆਂ ਪਾਰਾਂ ਦੀ ਕਸਮ ਏ ਜਿੱਡਾ ਪਿਓ ਦੀ ਲਾਸ਼ ਤੇ ਸਕੀਨਾ ਝੜਦੀ ਆਈ ਅੱਲਾ ਜਾਣਦਾ ਏ ਕਮੀਨਾ ਜ਼ੁਲਫਾਂ ਚ ਹੱਥ ਪੈਦਾ ਇੱਕ ਤਮਾਚਾ ਮਰੇਗਾ ਬੀਬੀ ਆਦੀ ਆਇਆ ਕਰ ਮੇਰਾ ਤਹਜਦ ਗੁਜ਼ਾਰੇ ਮਾਤਮੇ ਹੁਸੈਨ।